ਮੌਜੂਦਾ ਕਾਂਗਰਸ ਸਰਕਾਰ ਕੋਲ ਕੁਛ ਨਹੀਂ ਦਿਖਾਉਣ। ਜੇ ਇਸ ਮੰਤਰੀ ਸਾਹਿਬ ਦੇ ਬਾਰੇ ਤੁਸੀਂ ਜ਼ਿਕਰ ਕੀਤਾ, ਇਹਨਾਂ ਨੇ ਵਿਰਾਸਤ ਏ ਖਾਲਸਾ ਨੂੰ ਚਿੱਟਾ ਹਾਥੀ ਦੱਸਿਆ ਸੀ, ਔਨ ਰਿਕਾਰਡ ਹੈ, ਅਤੇ ਫਿਰ ਆਪ ਵੀ ਬਿਆਨ ਦਿੱਤਾ ਕਿ ਲਿਮਕਾ ਬੁੱਕ ਆਫ ਵਰਲਡ ਰਿਕਾਰਡ 'ਚ ਆ ਗਿਆ ਮੋਸਟ ਵਿਜਿਟਿਡ ਪਲੇਸ। ਆਪ ਤਾਂ ਡੱਕਾ ਨਹੀਂ ਤੋੜਿਆ। ਫਿਰ ਜੰਗੇ ਆਜ਼ਾਦੀ ਵਾਸਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਪਬਲਿਕ ਮਨੀ ਦਾ ਵੇਸਟਫੁੱਲ ਐਕਸਪੈਂਡੀਚਰ ਹੈ। ਜੇ ਵੇਸਟਫੁੱਲ ਐਕਸਪੈਂਡੀਚਰ ਸੀਗਾ ਫਿਰ ਤੁਸੀਂ ਕਿਉਂ ਆਪਦੀ ਕਿਸ਼ਤ ਜਾਰੀ ਕੀਤੀ, ਅਤੇ ਹੁਣ ਕਹਿੰਦੇ ਕਿ ਉਹ ਜਿਹਾ ਮਾਰਵਲ ਹੀ ਨਹੀਂ ਬਣਿਆ। ਸੇਮ ਵੇ BRTS ਨੂੰ ਫੇਲ ਪ੍ਰੋਜੈਕਟ ਦੱਸਿਆ ਸੀ, ਇੱਕ ਵੀ BRTS 'ਚ ਨਵੀਂ ਬੱਸ ਨਹੀਂ ਐਡ ਕੀਤੀ। ਉਹੀ ਬੱਸਾਂ ਜਿਹੜੀਆਂ ਅਸੀਂ ਲਈਆਂ ਸੀ ਉਹੀ ਬੱਸਾਂ ਦਬਾਰ ਤੋਂ ਪਹਿਲਾਂ 2 ਸਾਲ ਤੁਸੀਂ ਰੋਕ ਕੇ ਰੱਖਿਆ, ਪ੍ਰੋਜੈਕਟ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀਆਂ ਟਰਮਸ ਐਂਡ ਕੰਡੀਸ਼ਨਸ 'ਤੇ ਅਸੀਂ ਚਲਾਇਆ ਸੀ ਉਹਦੇ 'ਚ ਇੰਪਰੂਵਮੈਂਟ ਵਿਲ ਆਲਵੇਜ਼ ਹੈਪਨ, ਮਗਰ ਕੁਛ ਨਵਾਂ ਨਹੀਂ ਕੀਤਾ। ਉਹੀ BRTS ਨੂੰ ਜਿਹਨੂੰ ਫੇਲ ਪ੍ਰੋਜੈਕਟ ਦੱਸਦੇ ਸਨ ਹੁਣ ਆਪ ਲਾਗੂ ਕਰਦਾ। ਜਸਟ ਸ਼ੋਜ਼ ਕਿ ਮੌਜੂਦਾ ਸਰਕਾਰ ਕੋਲ ਕੁਛ ਹੈ ਨਹੀਂ। ਇਕੱਲੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ BJP ਪ੍ਰੋਜੈਕਟਾਂ ਨੂੰ ਸੁਰਖੀ ਬਿੰਦੀ ਲਾ ਕੇ ਆਪਦਾ ਵਿੱਚ ਪੰਜਾ ਠੋਕ ਕੇ, ਜਿਵੇਂ ਘਰ ਘਰ ਨੌਕਰੀ ਦਾ ਕੰਮ ਹੈ ਨਾ ਜੀ, ਪਲੇਸਮੈਂਟ ਕਾਲਜ ਕਰਦੇ ਆ, ਅਤੇ ਭਾਵੇਂ ਡਰਾਈਵਰ ਤੁਸੀਂ ਰੱਖ ਲਓ, ਨਾਲ ਬਿੱਲਾ ਪੰਜੇ ਦਾ ਲਾਉਣਾ ਪੈਣਾ। ਕੀ ਆ ਹੋਈ ਮਿਹਰਬਾਨੀ ਤਾਂ ਕਾਂਗਰਸੀਆਂ ਦੀ ਹੋਈ ਹੈ। ਇਸ ਲਈ ਇਹ ਹਾਲਾਤ ਲੋਕਾਂ ਦੇ ਸਾਹਮਣੇ ਆ ਰਹੇ ਹਨ। ਲੋਕ ਸਮਝ ਰਹੇ ਆ ਕਿ ਮੌਜੂਦਾ ਕਾਂਗਰਸ ਹੈਜ਼ ਫੇਲਡ ਇਨ ਡੂਇੰਗ ਐਨੀ ਕਾਇੰਡ ਆਫ ਡਿਵੈਲਪਮੈਂਟ, ਜਾਂ ਕੋਈ ਵੀ ਆਪਦਾ ਪ੍ਰੋਜੈਕਟ ਅੱਜ ਤੱਕ ਨਹੀਂ ਲਿਆ। ਮਜੀਠੀਆ ਸਾਹਿਬ, ਜਿਸ ਤਰ੍ਹਾਂ ਤੁਸੀਂ ਪੰਜਾਬ ਸਰਕਾਰ ਨੂੰ ਜਗਾਉਣ ਚੱਲੇ ਹੋ, ਵਾਅਦੇ ਤਾਂ ਮੋਦੀ ਸਾਹਿਬ ਨੇ ਵੀ 15-15 ਲੱਖ ਦੇ ਖਾਤਿਆਂ 'ਚ ਕੀਤੇ ਸੀ, ਤੁਸੀਂ ਭਾਈਵਾਲ ਹੋ, ਉਹਨਾਂ ਨੂੰ ਵੀ ਜਗਾਉਂਗੇ? ਉਹ ਤਾਂ ਜਗ੍ਹਾ ਜਿਹਨੇ ਜਗਾਉਣਾ ਉਹਨਾਂ ਨੂੰ ਪੁੱਛੋ। ਅਸੀਂ ਤਾਂ ਸੂਬੇ 'ਚ ਬੈਠੇ ਹਾਂ ਜੀ, ਸੂਬੇ ਦੇ MLA ਆ ਜਿਹੜੇ ਕਪਤਾਨ ਸਾਹਿਬ ਸੁੱਤੇ ਪਏ ਆ, ਉਹਨਾਂ ਨੂੰ ਤਾਂ ਜ਼ਰੂਰ ਜਗਾਵਾਂਗੇ। ਉੱਥੇ ਵੀ ਨਾਲ ਭਾਈਵਾਲ ਹੋਣਾ, ਜਿਹੜਾ 15 ਲੱਖ ਪਰ ਖਾਤੇ 'ਚ ਕਿਹਾ ਸੀਗਾ ਮੋਦੀ ਸਾਹਿਬ ਨੇ ਚੋਣਾਂ ਤੋਂ ਪਹਿਲਾਂ। ਕਿ ਜੋ ਪਰਫੋਰਮੈਂਸ ਮੋਦੀ ਸਾਹਿਬ ਦੀ ਰਹੀ ਆ ਇਸ ਦੇਸ਼ ਦੇ ਉੱਤੇ, 70-72 ਸਾਲ ਦੀ ਆਜ਼ਾਦੀ ਅਤੇ 60 ਸਾਲ ਲਗਭਗ ਕੈਲਕੂਲੇਟ ਕਰ ਲਓ, 60 ਈਅਰਸ ਰੂਲ ਆਫ ਕਾਂਗਰਸ ਪਾਰਟੀ ਰਿਹਾ। ਗਾਂਧੀ ਪਰਿਵਾਰ ਦਾ ਹੀ 45 ਤੋਂ 50 ਸਾਲ ਇੱਕ ਗਾਂਧੀ ਪਰਿਵਾਰ ਦਾ ਹੀ ਰਾਜ ਰਿਹਾ। ਪਹਿਲਾਂ ਜਵਾਹਰ ਲਾਲ ਨਹਿਰੂ, ਫਿਰ ਇੰਦਰਾ ਗਾਂਧੀ 19-20 ਸਾਲ ਜਵਾਹਰ ਲਾਲ ਨਹਿਰੂ ਦੇ, 15 ਸਾਲ ਇੰਦਰਾ ਗਾਂਧੀ ਦੇ, ਫਿਰ ਰਾਜੀਵ ਗਾਂਧੀ ਦੇ, ਅਤੇ 10 ਸਾਲ ਸੋਨੀਆ ਗਾਂਧੀ ਦੇ। ਜੋ ਅੱਜ ਦੇਸ਼ ਦੇ ਹਾਲਾਤ ਬਣੇ ਆ, ਭਾਵੇਂ ਉਹ ਕਿਸਾਨੀ ਦੇ ਬਣੇ ਆ, ਭਾਵੇਂ ਉਹ ਵਪਾਰੀ ਦੇ ਬਣੇ ਆ, ਭਾਵੇਂ ਉਹ ਹਰ ਕਿਸੇ ਕਿੱਤੇ ਨੂੰ ਛੇੜ ਕੇ ਵੇਖ ਲਓ, ਉਹਦੇ ਲਈ ਵੱਡੇ ਪੱਧਰ 'ਤੇ ਜ਼ਿੰਮੇਵਾਰ ਸੀ ਜਿਹਨੇ ਲੰਮਾ ਸਮਾਂ ਦੇਸ਼ 'ਤੇ ਰਾਜ ਕੀਤਾ। ਉਸ ਹਾਲਾਤ ਨੂੰ ਬਦਲਣ ਵਾਸਤੇ ਮੋਦੀ ਸਾਹਿਬ ਨੇ ਕਈ ਪਹਿਲਕਦਮੀ ਕੀਤੀ, ਤਦੇ ਕਾਂਗਰਸ ਪਾਰਟੀ ਨੂੰ ਅੱਜ ਜੋ ਉਹਨਾਂ ਦੇ ਹਾਲਾਤ ਬਣੇ ਤੁਹਾਡੇ ਸਾਹਮਣੇ, ਆਪ ਹੀ ਉਹਨਾਂ ਨੇ ਵੇਖ ਲਿਆ ਕਿ ਸਾਡਾ ਪੱਪੂ ਵੀ ਫੇਲ ਹੈ, ਅਤੇ ਉਹਨਾਂ ਦੇ ਸਿਸਟਰ ਨੂੰ ਲਿਆ, ਤਾਂ ਚਲੋ ਕਾਂਗਰਸ ਦਾ ਅੰਦਰੂਨੀ ਮਾਮਲਾ, ਮਗਰ ਸਿੱਧੂ ਸਾਹਿਬ ਵੀ ਉਹਨੂੰ ਪੱਪੂ ਕਹਿੰਦੇ ਸੀ, ਅਤੇ ਹੁਣ ਉਹ ਉਹਨਾਂ ਨੂੰ ਲਿਆ, ਇਸ ਲਈ ਉਹ ਆਪ ਹੀ ਫੇਲ ਨੇ, ਤਾਂ ਉਹਨਾਂ ਨੂੰ ਕੀ ਉਹਨਾਂ ਬਾਰੇ ਦੱਸਾਂ। ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਕਿਸਾਨ, ਤੁਸੀਂ ਕਹਿ ਰਹੇ ਹੋ ਉਹ ਸੁਸਾਈਡ ਕਰ ਰਹੇ ਨੇ, ਤੁਹਾਡੇ ਟਾਈਮ ਹੀ ਹੋਈਆਂ ਨੇ, ਅੱਗੇ ਫਿਰ ਤੁਸੀਂ ਤੁਹਾਡੇ ਕੋਲ ਕੀ ਪਲਾਨ ਹੈ, ਕਿਉਂਕਿ ਚੋਣ ਮੈਨੀਫੈਸਟੋ ਦੇ ਵਿੱਚ ਬਹੁਤ ਕੁਝ ਪਿੱਛੇ ਵੀ ਰਹਿ ਗਿਆ, ਸਾਰੇ ਕੋਈ ਕਾਨੂੰਨੀ ਤਾਂ ਉਸ ਤਰੀਕੇ ਦਾ ਹੈ ਨਹੀਂ ਕਿ ਜੇ ਤੁਸੀਂ ਵਾਅਦੇ ਕੀਤੇ ਨੇ ਤਾਂ ਉਹ ਸਾਰੇ ਪੂਰੇ ਕਰਨੇ। ਦੇਖੋ, ਇਸ ਤਰ੍ਹਾਂ ਬਹੁਤ ਤੁਹਾਡਾ ਸਵਾਲ ਬੜਾ ਵਧੀਆ ਹੈ, ਅਤੇ ਮੈਂ ਚਾਹੂੰਗਾ ਇਹਨੂੰ ਚੰਗੀ ਤਰ੍ਹਾਂ ਹੁਣ ਤੁਸੀਂ ਇਹਦਾ ਸਾਰੇ ਪੱਖ ਵਿਚਾਰ। ਬਾਦਲ ਸਾਹਿਬ ਨੇ ਚੋਣ ਮੈਨੀਫੈਸਟੋ 'ਚ ਕਿਸਾਨਾਂ ਨੂੰ ਜਿਹੜੀ ਸਭ ਤੋਂ ਵੱਡਾ ਵਾਅਦਾ ਕੀਤਾ ਸੀ, ਉਹ ਕੀਤਾ ਸੀ ਮੁਫਤ ਬਿਜਲੀ ਦਾ, ਐਂਡ ਤੁਸੀਂ ਉਹ ਦੇਖ ਸਕਦੇ ਹੋ ਕਿ ਬਾਦਲ ਸਾਹਿਬ ਨੇ ਉਸ ਨੂੰ ਲਾਗੂ ਰੱਖਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨੇ ਉਸ ਵਾਅਦੇ ਨੂੰ ਬਦਲਿਆ। ਬਾਦਲ ਸਾਹਿਬ ਸਾਲਾਨਾ 6,000 ਕਰੋੜ ਰੁਪਈਆ ਬੰਬੀਆਂ ਦੇ ਬਿੱਲਾਂ ਦਾ ਉਤਾਰਦੇ ਸਨ ਆਪਦੇ ਲੰਮੇ ਸਮੇਂ 'ਚ,
ਕੋਈ 60-70 ਹਜ਼ਾਰ ਕਰੋੜ ਰੁਪਈਆ ਬਾਦਲ ਸਾਹਿਬ ਦੇ ਖਜ਼ਾਨੇ ਚੋਂ ਬਾਦਲ ਸਾਹਿਬ ਨੇ ਕਿਸਾਨਾਂ ਦੇ ਬੰਬੀਆਂ ਦੇ ਬਿੱਲ ਜਿਹੜੇ ਮਾਫ਼ ਸੀ ਉਹ ਦੇਣ ਦਾ ਕੰਮ ਕੀਤਾ। ਇਹ ਵਾਅਦਾ ਸੀ ਸ਼੍ਰੋਮਣੀ ਅਕਾਲੀ ਦਲ, ਆਟਾ ਦਾਲ ਸ਼੍ਰੋਮਣੀ ਅਕਾਲੀ ਦਲ ਦਾ ਵਾਅਦਾ ਸੀ ਪੂਰਾ ਕੀਤਾ। ਅੱਜ ਆਪਾਂ 2019 'ਚ ਬੈਠੇ ਹਾਂ, 2017 'ਚ ਕਾਂਗਰਸ ਦੀ ਸਰਕਾਰ ਬਣੀ ਹੈ। ਇਹ ਕਹਿ ਕੇ ਬਣੀ ਸੀ, ਮੈਂ ਉਹ ਵੀਡੀਓ ਵੀ ਚਲਾ ਸਕਦਾ, ਅੱਜ ਮੈਂ ਇਕੱਲਾ ਮੋਬਾਈਲ ਫੋਨਾਂ ਦਾ ਚਲਾਇਆ, ਮੈਂ ਉਹ ਵੀ ਚਲਾ ਸਕਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲੇ ਦੇ ਪ੍ਰੋਗਰਾਮ 'ਚ ਇਹ ਗੱਲ ਕਹੀ ਸੀ ਕਿ 90 ਹਜ਼ਾਰ ਕਰੋੜ ਦਾ ਕਰਜ਼ਾ ਸਾਰੇ ਆੜ੍ਹਤੀਆਂ ਦਾ, ਪ੍ਰਾਈਵੇਟ ਬੈਂਕਾਂ ਦਾ, ਕੋਆਪਰੇਟਿਵ ਬੈਂਕਾਂ ਦਾ ਲੀਕ ਮਾਰ ਦਿਓ, ਇਹ ਸਾਰਾ ਮਾਫ਼ ਹੋ ਜੂ। ਅਤੇ ਤੁਹਾਨੂੰ ਪਤਾ ਜੀ, ਜਿਸ ਕਿਸਾਨ ਨਾਲ ਇਹ ਸ਼ੁਰੂ ਕੀਤੀ ਸੀ ਸਕੀਮ, ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਬੁੱਧ ਸਿੰਘ ਕਿਸਾਨ ਕੋਟਲੀ ਸੂਰਤ ਮੱਲੀਆਂ ਦਾ, ਉਹਦਾ ਅੱਜ ਤੱਕ ਕਰਜ਼ਾ ਮਾਫ਼ ਨਹੀਂ ਹੋਇਆ। ਉਹਦਾ ਜੇ ਕਰਜ਼ਾ ਸਰਕਾਰ ਨੇ ਤਾਂ ਕੀ ਮਾਫ਼ ਕੀਤਾ, ਇੱਕ ਐਨ ਜੀ ਓ ਨੇ ਜਾ ਕੇ 2 ਲੱਖ ਉਹਨੂੰ ਦੇਣ ਦਾ ਕੰਮ ਕੀਤਾ। ਕਿਉਂ? ਕਿਉਂਕਿ ਉਹ ਡਿਫਾਲਟਰ ਵੀ ਹੋ ਗਿਆ ਸੀ ਅਤੇ ਉਹਦਾ ਕਰਜ਼ੇ ਵੱਧ ਵੀ ਗਿਆ ਸੀ। ਅਸੀਂ ਕੁਰਕੀ ਦਾ ਸਵਾਲ ਪਾਇਆ, ਕੈਪਟਨ ਅਮਰਿੰਦਰ ਸਿੰਘ ਜੀ ਨੇ ਫਲੋਰ 'ਤੇ ਆਖਿਆ ਕਿ ਕੁਰਕੀ ਖਤਮ ਹੋ ਜੂਗੀ। ਆ ਚੰਦੂ ਮਾਜਰਾ ਸੀ ਜੀ ਦਾ ਸਵਾਲ ਸੀ, ਉਹਦੇ 'ਚ ਆਪ ਮੰਨੇ ਕਿ ਹਾਂ ਕੁਰਕੀ ਖਤਮ ਹੋ ਜੂਗੀ, ਅਤੇ ਰੋਜ਼ ਧਰਨੇ ਲੱਗ ਰਹੇ ਆ ਵੱਖ ਵੱਖ ਬੈਂਕਾਂ 'ਚ ਕਿ ਕੁਰਕੀ ਖਤਮ ਨਹੀਂ ਹੋ। ਮੇਰਾ ਕਹਿਣ ਦਾ ਭਾਵ ਹੈ ਕਿ ਸੁੱਤੀ ਸਰਕਾਰ ਨੇ ਜਗਾਉਣਾ, ਅਤੇ ਜਿਹੜੇ ਝੂਠੇ ਵਾਅਦੇ ਕਾਂਗਰਸ ਸਰਕਾਰ ਨੇ 2017 'ਚ ਲੋਕਾਂ ਨੂੰ ਕੀਤੇ ਸੀ, ਜਿਹਦੇ ਕਰਕੇ ਉਹਨਾਂ ਦੀ ਸਰਕਾਰ ਬਣੀ ਸੀ, ਉਹਨੂੰ ਉਜਾਗਰ ਕਰਨਾ, ਲੋਕਾਂ ਦੇ ਘਰ ਘਰ ਤੱਕ ਲੈ ਕੇ ਜਾਣਾ, ਉਹ ਅਸੀਂ ਕੰਮ ਕਰਾਂਗੇ। ਉਸ ਵਕਤ ਜੀ 1997 'ਚ ਜੋ ਸਾਡੇ ਚੋਣ ਮੈਨੀਫੈਸਟੋ ਦਾ ਵਾਅਦਾ ਸੀ ਲੋਕਾਂ ਨਾਲ, ਜਿਸ 'ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਮੁੱਖ ਮੰਤਰੀ ਬਣਾਇਆ ਸੀ, ਉਸ ਵੇਲੇ ਅਸੀਂ ਉਹ ਮਾਫ਼ ਕਰਨ ਨੂੰ ਬੰਬੀਆਂ ਦੇ ਬਿੱਲ ਮਾਫ਼ ਕਰਨ ਦੀ ਗੱਲ ਕੀਤੀ ਸੀ, ਉਸ ਵਾਅਦੇ 'ਤੇ ਅਸੀਂ ਪੂਰਾ ਰਹੇ ਹਾਂ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਬਾਦਲ ਸਾਹਿਬ ਨੇ ਜਿਹੜਾ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ। ਮੈਨੂੰ ਯਾਦ ਹੈ ਜਦੋਂ ਅਸੀਂ ਸ਼ਗਨ ਸਕੀਮ ਦੇਣਾ ਸ਼ੁਰੂ ਕਰਦੇ ਸੀ, ਇਹੀ ਕਾਂਗਰਸ ਕਹਿੰਦੀ ਸੀ ਕਿ ਇਹ ਤਾਂ ਮਾਮੇ ਨਾਨੇ ਦੀ ਸਰਕਾਰ ਹੈ, ਇਹਨਾਂ ਨੇ ਕਿੱਥੋਂ ਦੇਣੇ, ਮਗਰ ਜਦ ਦੇਣੇ ਸ਼ੁਰੂ ਕਰਤੇ ਫਿਰ ਜਾਂ ਤਾਂ ਮੈਨੂੰ ਭਾਜੀ ਸਵਾਲ ਕਰ ਲਓ, ਫਿਰ ਮੇਰੀ ਬੇਨਤੀ ਵੀ 2 ਮਿੰਟ ਸੁਣ ਲਿਓ ਜੀ। ਫਿਰ ਆਟੇ ਦਾਲ ਦਾ ਵਾਅਦਾ ਕੀਤਾ 2007 'ਚ, ਇੱਕ ਨਵੀਂ ਸਕੀਮ ਸੀ, ਕਾਂਗਰਸ ਹੀ ਕਹਿੰਦੇ ਸੀ ਕਿ ਕਦੇ ਲਾਗੂ ਨਹੀਂ ਹੋ ਸਕਦਾ, ਉਹਨੂੰ ਸਕਸੈਸਫੁਲ ਇੰਪਲੀਮੈਂਟੇਸ਼ਨ ਕਰਕੇ ਤੁਹਾਨੂੰ ਦਿਖਾਇਆ। ਉਹਦੇ ਬਾਅਦ ਲੋਕਾਂ ਨੇ ਫਿਰ ਉਹਨਾਂ ਗੱਲਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ। ਮਗਰ ਅੱਜ ਹਾਲਾਤ ਇਹ ਹੈ ਕਿ ਆਹ ਚੋਣ ਮੈਨੀਫੈਸਟੋ ਜਿਹੜਾ ਡਾਕਟਰ ਮਨਮੋਹਨ ਸਿੰਘ ਜੀ ਕੋਲੋਂ ਇਹਨਾਂ ਨੇ ਲਾਗੂ ਕਰਾਇਆ, ਇਹਦੇ 'ਚੋਂ ਇੱਕ ਵਾਅਦਾ, ਇੱਕ ਪਾ ਕਾਗਜ਼, ਖਜ਼ਾਨਾ ਮੰਤਰੀ ਜਿਹੜੇ ਉਸਦੇ ਚੇਅਰਮੈਨ ਸਨ, ਅੱਜ ਖਜ਼ਾਨਾ ਮੰਤਰੀ ਨੇ ਇਹਦੇ 'ਚੋਂ ਦੱਸ ਦੇਣ ਕਿਹੜਾ ਇੰਪਲੀਮੈਂਟ ਹੋਇਆ, ਕਿਹੜੇ ਪੇਜ 'ਚ ਹੋਇਆ, ਅਤੇ ਮੈਂ ਆਪ ਉਹਨਾਂ ਦਾ ਧੰਨਵਾਦ ਕਰੂੰਗਾ। ਨਹੀਂ ਤਾਂ ਉਹਨਾਂ ਨੂੰ ਜਗਾਉਣ ਦਾ ਕੰਮ, ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਕਰਨ ਦਾ ਕੰਮ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ, ਇੰਡਸਟਰੀ ਨਾਲ 5 ਰੁਪਏ ਬੱਤੀ ਦੇ ਕੀਤੇ ਵਾਅਦੇ, ਜਾਂ ਕਿਸਾਨੀ ਕਰਜ਼ੇ ਮਾਫ਼ੀ ਦੀ ਗੱਲ ਹੈ, ਦਲਿਤ ਭਰਾਵਾਂ ਦੀ ਗੱਲ ਹੈ, 2500 ਪੈਨਸ਼ਨ ਦੀ ਗੱਲ ਹੈ, 51,000 ਸ਼ਗਨ ਸਕੀਮ ਦੀ ਗੱਲ ਹੈ, ਸਾਰੇ ਵਾਅਦੇ
ਜਦ ਤੱਕ ਲਾਗੂ ਨਹੀਂ ਕਰਨਗੇ ਜਗਾਉਣ ਦਾ ਕੰਮ ਕਰਨ। ਮੋਦੀ ਸਾਹਿਬ ਨੂੰ ਜਗਾਉਣ ਦਾ ਕੰਮ ਹੀ ਹੈ, ਜਿੱਦਾਂ ਢਿੱਲੋਂ ਸਾਹਿਬ ਨੇ ਸਵਾਲ ਕੀਤਾ ਵੀ ਮੋਦੀ ਸਾਹਿਬ ਨੂੰ ਜਗਾਉਣ ਦਾ ਕੰਮ ਵੀ ਤਾਂ ਤੁਹਾਡਾ ਹੀ ਸੀਗਾ, ਤੁਸੀਂ ਭਾਈਵਾਲ ਹੋਵਾਂਗੇ। ਉਹ ਮੋਦੀ ਸਾਹਿਬ ਤਾਂ ਜਾਗਦੀ ਹੈ, ਤਦੇ ਤਾਂ ਰਾਹੁਲ ਗਾਂਧੀ ਨੂੰ ਛੱਡ ਕੇ ਹੁਣ ਪ੍ਰਿਯੰਕਾ ਗਾਂਧੀ ਨੂੰ ਲਿਆਉਣਾ ਪੈਣਾ ਪੈਣਾ। ਨਹੀਂ ਨਹੀਂ, ਤੁਸੀਂ ਇਹ ਸਮਝਦੇ ਹੋ ਵੀ ਜੋ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਆ ਮਜੀਠੀਆ ਸਾਹਿਬ, ਉਹ ਸੰਵਿਧਾਨਕ ਹੋਣੇ ਚਾਹੀਦੇ ਆ, ਉਹਨਾਂ ਦਾ ਰੱਦ ਹੋਣਾ ਚਾਹੀਦਾ ਜੋ ਨਹੀਂ ਪੂਰੇ ਕਰਦੇ ਭਾਵੇਂ ਕੋਈ ਵੀ ਪਾਰਟੀ ਹੈ। ਕੀ ਤੁਸੀਂ ਇਹਦੇ ਨਾਲ ਸਹਿਮਤ ਹੋ? ਇਸ ਤਰ੍ਹਾਂ ਜੀ, ਇਹ ਆਲਰੇਡੀ ਸਰਦਾਰ ਬਾਦਲ ਨੇ ਇਸ ਬਾਰੇ ਆਪਦੇ ਬਿਆਨ ਸਪਸ਼ਟ ਕੀਤੇ। ਉਹਨਾਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਜਿਹੜਾ ਇੱਕ ਆਪਦਾ ਰਵੱਈਆ ਬਣਾ ਲਿਆ ਕਿ ਚੋਣ ਮੈਨੀਫੈਸਟੋ ਲਾਗੂ ਕਰ ਦੇਣਾ ਅਤੇ ਉਹਨੂੰ ਬਿਲਕੁਲ ਵੀ ਇੰਪਲੀਮੈਂਟ ਨਹੀਂ ਕਰਨਾ, ਇਹਦਾ ਜ਼ਰੂਰ ਕੋਈ ਕਾਨੂੰਨੀ ਪ੍ਰਕਿਰਿਆ ਬਣੇ ਜਿਹਦੇ ਨਾਲ ਜੋ ਸਰਕਾਰਾਂ ਲੋਕਾਂ ਕੋਲ ਜਾਂਦੀ ਹੈ, ਲੋਕਾਂ ਦੀ ਕਚਹਿਰੀ 'ਚ ਜਾਂਦੀ ਹੈ, ਜੋ ਵਾਅਦੇ ਕਰਦੀ ਹੈ, ਜੇ ਉਹ ਵਾਅਦੇ ਪੂਰੇ ਨਾ ਕਰੇ ਅਤੇ ਉਹਨਾਂ ਦੇ ਖਿਲਾਫ਼ ਕੋਈ ਨਾ ਕੋਈ ਕਾਰਵਾਈ ਹੋਵੇ। ਕਾਰਵਾਈ ਤਾਂ ਇੱਕ ਤਾਂ 5 ਸਾਲ ਬਾਅਦ ਤਾਂ ਸਬਕ ਸਿਖਾਉਣ ਦਾ ਕੰਮ ਹੁੰਦਾ। ਇਸੇ ਮਾਮਲੇ ਦੇ ਵਿੱਚ ਮੌਜੂਦਾ ਸਰਕਾਰ ਅਕਾਲੀ ਦਲ ਤੇ ਦੋਸ਼ ਲਾਉਂਦੀ ਹੈ, 100% ਹੋਣੀ ਚਾਹੀਦੀ ਜੀ, ਜਿਹੜਾ ਨਾ ਲਾਗੂ ਕਰੇ। ਮੌਜੂਦਾ ਸਰਕਾਰ ਅਕਾਲੀ ਸਰਕਾਰ ਤੇ ਦੋਸ਼ ਲਾਉਂਦੀ ਹੈ ਵੀ ਜਾਂਦੇ ਹੋਏ 10 ਮਾਰਚ ਨੂੰ 31,000 ਕਰੋੜ ਦਾ ਕਰੈਸ਼ ਕ੍ਰੈਡਿਟ ਲਿਮਿਟ ਲੋਨ 'ਚ ਕਨਵਰਟ ਕਰਾ ਕੇ ਸਟੇਟ ਦੇ ਉੱਤੇ ਪਾ ਗਏ ਨੇ। ਮੌਜੂਦਾ ਜੀ ਤਾਂ ਬਹੁਤ ਦੋਸ਼ ਲਾਉਂਦੇ ਆ, ਮੌਜੂਦਾ ਆਪ ਤਾਂ ਡੱਕਾ ਭੰਨਦੇ, ਨਹੀਂ ਤੁਹਾਨੂੰ ਤਾਂ ਦਰਸ਼ਨ ਨਹੀਂ ਦਿੰਦੇ। ਅੱਜ ਮੈਂ ਆ ਗਿਆ ਤਾਂ 2 ਦਿਨ ਪਹਿਲਾਂ ਤੁਹਾਨੂੰ ਦਰਸ਼ਨ ਹੋ ਗਏ, ਜਿਹੜੀਆਂ 2-4 ਸੈਲਫੀਆਂ ਕਈਆਂ ਨੇ ਲਵਾਈਆਂ ਉਹ ਵੀ ਮੈਨੂੰ ਧੰਨਵਾਦ ਕਰਨ, ਨਹੀਂ ਤਾਂ ਤੁਹਾਨੂੰ ਤਾਂ ਆਪ ਨਹੀਂ ਦਰਸ਼ਨ ਹੁੰਦੇ। ਪੰਜਾਬ 'ਚ ਆਏ ਨੇ ਜੀ ਤਾਂ ਉਹ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਬੋਲਦੇ ਆ ਜਿਹੜੇ ਐਤਕੀ ਬਚਦੇ ਨਜ਼ਰ ਆਏ ਨੇ, ਪਹਿਲਾਂ ਤੁਹਾਡੇ ਤੇ ਇਲਜ਼ਾਮ ਲਾਉਂਦੇ ਸੀ ਨਸ਼ਿਆਂ ਦਾ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਤੇ ਰਾਹੁਲ ਗਾਂਧੀ ਔਰ ਪੱਪੂ ਨੂੰ ਤੇ ਸੋਨੀਆ ਗਾਂਧੀ ਨੂੰ ਵਧਾਈ ਦਿੰਦਾ ਜੀ, ਕਿਉਂਕਿ ਇਹ ਜਿਹੜਾ ਸਾਰਾ ਅਲਾਇੰਸ ਹੋਇਆ ਇਹ ਅਲਾਇੰਸ ਕਰਾਉਣ ਵਾਲੇ ਹੋਰ ਕੋਈ ਨਹੀਂ ਕਾਂਗਰਸ ਪਾਰਟੀ ਆ, ਇਹ ਸਾਰਾ ਇਹ ਕਾਂਗਰਸ ਦੇ 20 ਟੀਮ ਵਜੋਂ ਇਹਨਾਂ ਨੇ ਕੰਮ ਕਰਨਾ, ਪਰ ਇਹਨਾਂ ਦਾ ਇੱਕ ਮਕਸਦ ਹੈ ਕਿ ਜਿਹੜੀ ਲੋਕ ਅੱਜ ਕਾਂਗਰਸ ਦੇ ਝੂਠੇ ਲਾਰਿਆਂ ਤੇ ਵਹਿਦਿਆਂ ਤੋਂ ਦੁਖੀ ਹੈ ਉਹ ਆਪੋਜੀਸ਼ਨ ਵੋਟ ਡਿਵਾਈਡ ਹੋਵੇ, ਉਸ ਵੋਟ ਡਿਵੀਜ਼ਨ ਦਾ ਫਾਇਦਾ ਕਾਂਗਰਸ ਨੂੰ ਮਿਲੇ, ਨਹੀਂ ਤਾਂ ਆਨ ਗਰਾਊਂਡ ਆ ਸਰਪੰਚੀ ਹੋ ਕੇ ਹਟੀ ਹੈ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਹੋ ਕੇ ਹਟੀਆਂ, ਆਨ ਗਰਾਊਂਡ ਜੇ ਕਿਸੇ ਨੇ ਤਗੜੇ ਹੋ ਕੇ ਕਾਂਗਰਸ ਦੀ ਧੱਕੇਸ਼ਾਹੀ ਦਾ ਸਾਹਮਣਾ ਕੀਤਾ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੇ ਕੀਤਾ। ਇਸ ਲਈ ਇਹ ਬੜਾ ਸਪਸ਼ਟ ਹੈ ਕਿ ਦਿਸ ਇਹ ਜਿਹੜਾ ਸਾਰਾ ਗਠਬੰਧਨ ਤੀਜਾ ਤਿਆਰ ਹੋ ਰਿਹਾ, ਇਹਦੀ ਫਾਈਨੈਂਸਿੰਗ ਅਤੇ ਇਹਦੀ ਵਿਉਤਬੰਦੀ, ਇਹਦੀਆਂ ਸਲਾਹਾਂ ਕਿੱਥੇ ਹੋਰ ਨਹੀਂ ਕਾਂਗਰਸ ਭਵਨ ਤੋਂ ਚੱਲਦੀਆਂ ਨੇ, ਹੋਰ ਕੁਛ ਨਹੀਂ। ਮਜੀਠੀਆ ਸਾਹਿਬ,